ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੈ联 ਯੂਨੀਵਰਸਿਟੀ ਵੀ ਮੇਰਾ ਨਾਮ ਦੰਦਰ ਸਿੰਘ ਖੇਰਾ ਪ੍ਰੋਗਰਾਮ ਹੈ ਪੰਜਾਬ ਅਪਡੇਟ ਔਰ ਪੰਜਾਬ ਅਪਡੇਟ ਦੇ ਵਿੱਚ ਅਸੀਂ ਉਹ ਖਬਰਾਂ ਲੈਨੇ ਜਿਹੜੀਆਂ ਕਿ ਪੰਜਾਬ ਦੇ ਨਾਲ ਬਾਬਸਤਾ ਹੋ ਪਰ ਫਿਲਹਾਲ ਇੱਥੇ ਜਿਹੜੀ ਖਬਰ ਦੀ ਮੈਂ ਅੱਜ ਸ਼ੁਰੂਆਤ ਕਰ ਰਿਹਾ ਜਿਸ ਖਬਰ ਦੇ ਨਾਲ ਉਹ ਖਬਰ ਪੂਰੀ ਦੁਨੀਆ ਦੇ ਲਈ ਬੜੀ ਅਹਿਮ ਹੈ ਮੈਂ ਗੱਲ ਕਰ ਰਿਹਾ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੀ ਜਿਨ੍ਹਾਂ ਦੀ ਜਿਹੜੀ ਕੱਲ ਮੌਤ ਹੋ ਜਾਂਦੀ ਹੈ ਸਕਾਟਲੈਂਡ ਦੇ ਬਾਲਮੋਰਲ ਕੈਸਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਔਰ ਅੱਜ ਸਵੇਰੇ ਮੀਡੀਆ ਫੁਟੇਜ ਦੇਖੀ ਹੈ ਕਿ ਕਿਵੇਂ ਜਿਹੜੇ ਉਹਨਾਂ ਦੇ ਜਿਹੜੇ ਉੱਥੇ ਦੇ ਕਰਮਚਾਰੀ ਸੀ ਉਹਨਾਂ ਦੇ ਵੱਲੋਂ ਇੱਕ ਤਖਤੀ ਦੇ ਵਿੱਚ ਇੱਕ ਜਿਹੜਾ ਕਹੇ ਲਿਆ ਕਿ অথেন্টিਕੇਸ਼ਨ ਸੀ ਜਿਹੜਾ ਇੱਕ ਕਨਫਰਮੇਸ਼ਨ ਸੀ ਉਹਨਾਂ ਦੇ ਫੌਥ ਹੋਣ ਦੀ ਉਹ ਉੱਥੇ ਲਗਾਈ ਗਈ ਹੈ ਉਸ ਬਾਰਮੋਲਲ ਕੈਸਲ ਦੇ ਬਾਹਰ ਹੁਣ ਗੱਲ ਕਰਦੇ ਆ ਕਿ ਇਸ ਮਹਾਰਾਣੀ ਜਨੇ ਕਿ ਐਲਿਜ਼ਾਬੈਥ ਨੇ ਜਿਹੜੇ ਕਿ ਲੋਂਗੇਸਟ ਮੋਨਾਕ ਨੇ ਜਿਨ੍ਹਾਂ ਨੇ ਤਕਰੀਬਨ ਤਕਰੀਬਨ 70 ਸਾਲ ਜਿਹੜਾ ਰਾਜ ਕੀਤਾ ਹੈ ਔਰ 26 ਸਾਲਾਂ ਦੀ ਉਮਰ ਦੇ ਵਿੱਚ ਕਹਿੰਦੇ ਨੇ ਕਿ ਉਹਨਾਂ ਨੂੰ ਇਹ ਤਾਜ ਮਿਲਿਆ ਸੀਗਾ ਕਰੀਬ 50000 ਏਕੜ ਦੇ ਵਿੱਚ ਫੈਲੇ 1116 ਕਰੋੜ ਰੁਪਏ ਦੇ ਇਸ ਸ਼ਾਨਦਾਰ ਕਿਲੇ ਦੀ ਮਾਲਕ ਮਹਾਰਾਣੀ ਲিজਬੈਥ 2 ਸੀ ਇਹ ਕਿਲਾ ਸਿਰਫ ਇੱਕ ਪਛਾਣ ਹੈ ਲੰਡਨ ਦੇ ਵਿੱਚ ਉਹਨਾਂ ਦੇ ਕੋਲ ਬਹੁਤ ਸਾਰੀਆਂ ਹੋਰ ਸ਼ਾਹੀ ਪ੍ਰਾਪਰਟੀਆਂ ਨੇ ਮਹਾਰਾਣੀ ਦੇ ਕੋਲ ਅ ਜਿਨ੍ਹਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅ ਇਦਾਂ ਦੇ ਕਈ ਸਾਰੇ ਕਿੱਸਲ ਨੇ ਮਹਿਲ ਨੇ ਤਾਜ ਨੇ ਬਗੀਆਂ ਨੇ ਤੇ ਗੱਡੀਆਂ ਦੀ ਗਣਤੀ ਵੀ ਬੇਸ਼ੁਮਾਰ ਹੈ ਅੱਜ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਸ਼ਾਹੀ ਜ਼ਿੰਦਗੀ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਕਿ ਉਹਨਾਂ ਦੇ ਕੋਲ ਕੀ ਕੀ ਹੈ ਬ੍ਰਿਟੇਨ ਦੀ ਮਹਾਰਾਣੀ ਜਿਹੜੀ ਹੈ ਉਹਨਾਂ ਦੇ ਕੋਲ ਕੀ ਕੀ ਹੈ ਕਿਹੜੀ ਕਿਹੜੀ ਪ੍ਰਾਪਰਟੀ ਜੜੀ ਹੈ ਉਹਨਾਂ ਦੇ ਕੋਲ ਹੈ ਅਲਿਜ਼ਾਬੈਥ 2 ਜਨਗ ਦੀ ਅਸੀਂ ਗੱਲ ਕਰਦੇ ਹਾਂ ਕਿ ਬਾਰਮੋਨਲ ਦੇ ਉਹਨਾਂ ਦੇ ਵਿੱਚ ਆਖਰੀ ਸਾਲ ਆਏ ਨੇ ਮੈਂ ਤੁਹਾਨੂੰ ਉਹਨਾਂ ਦੇ ਕੈਸਲ ਦੀ ਗੱਲ ਦੱਸੀ ਹੈ ਕਿ ਤਕਰੀਬਨ ਇਹ ਜਿਹੜਾ ਕੈਸਲ ਹੈ 50000 ਏਕੜ ਦੇ ਵਿੱਚ ਫੈਲਿਆ ਹੋਇਆ ਹੈ ਤੇ ਹੁਣ ਗੱਲ ਕਰਦੇ ਹਾਂ ਤਾਜ ਦੇ ਨਾਂ ਤੇ ਰੱਖੀ ਜਾਇਦਾਦ ਅਹੁਦੇ ਤੇ ਬੈਠੀ ਵਿਅਕਤੀ ਦੀ ਨਿੱਜੀ ਜਾਇਦਾਦ ਨਹੀਂ ਹੁੰਦੀ ਇਹ ਵੀ ਪਹਿਲਾਂ ਤੁਹਾਨੂੰ ਕਲੀਅਰ ਕਰਦਾ ਨਾ ਹੀ ਇਹ ਜ਼ਿਆਦਾ ਸਰਕਾਰ ਦੀ ਹੁੰਦੀ ਹੈ ਸੋ ਇੱਕ ਸੰਪਤੀ ਦਾ ਨਿਯੰਤਰਣ ਤੇ ਕੰਟਰੋਲ ਜਿਹੜਾ ਹੈ ਕਰਾਉਨ ਸਟੇਟ ਬੋਰਡ ਦੁਆਰਾ ਕੀਤਾ ਜਾਂਦਾ ਹੈ ਸੋ ਮਹਾਰਾਣੀ ਦਾ ਸ਼ਾਹੀ ਪਰਿਵਾਰ ਜਿਹੜਾ ਮਹਾਰਾਣੀ ਦਾ ਸ਼ਾਹੀ ਪਹਿਰਾਵਾ ਇਹ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਕਿਉਂਕਿ ਅਸੀਂ ਬਹੁਤ ਵਾਰ ਸੁਣਦੇ ਆ ਕਹਿੰਦੇ ਆ ਗੱਲ ਹੁੰਦੀ ਹੈ ਕਿ ਮਹਾਰਾਣੀ ਦਾ ਜਿਹੜਾ ਸ਼ਾਹੀ ਪਹਿਰਾਵਾ ਆ ਉਹ ਉਹਨਾਂ ਦੇ ਦਸਤਾਨਿਆਂ ਤੋਂ ਬਿਨਾ ਜਿਹੜਾ ਹੈ ਉਹ ਅਧੂਰਾ ਹੈ ਸੋ ਉਹਨਾਂ ਦੀ ਯਾਤਰਾ ਜਦੋਂ ਹੁੰਦੀ ਸੀ ਜਦੋਂ ਉਹਨਾਂ ਨੇ ਕਿਸੇ ਮੁਲਕ ਚ ਜਾਣਾ ਜਾਂ ਕਿਸੇ ਹੋਰ ਜਗ੍ਹਾ ਤੇ ਜਾਣਾ ਤੇ ਉਹਨਾਂ ਦੇ ਨਾਲ 34 ਲੋਕ ਜਾਂਦੇ ਸੀਗੇ ਔਰ ਜਿਨ੍ਹਾਂ ਦੇ ਵਿੱਚ 6 ਉਹਨਾਂ ਦੇ ਜਿਹੜੇ ਸੈਕਟਰੀ ਸੀਗੇ ਔਰ 8 ਬਾਡੀਗਾਰਡ ਦੋ ਡ್ರೆਸਰ ਵੀ ਸ਼ਾਮਲ ਨੇ ਹੁਣ ਅਸੀਂ ਜਾਣਦੇ ਹਾਂ ਕਿ ਬ੍ਰਿਟੇਨ ਦੇ ਰਾਜੇ ਜਾਂ ਮਹਾਰਾਣੀ ਦੇ ਨਾਂ ਤੇ ਕੁੱਲ 2.3 ਲੱਖ ਕਰੋੜ ਰੁਪਏ ਤੀਜਾ ਦਿੱਤਾ ਤਾ ਕੋਸੀ ਇਮੇਜਨ ਕਰ ਸਕਦੇ ਹੋ ਐਡਾ ਵੱਡਾ ਨੰਬਰ ਯਾਨੀ ਕਿ ਜੈਸੀ ਗੱਲ ਕਹੀਏ 2.23 ਯਾਨੀ ਕਿ 2 ਲੱਖ 2.23 ਲੱਖ ਕਰੋੜ ਰੁਪਏ ਦੀ ਜਾਇਦਾਦ ਹੈ ਸੋ ਮੈਨ ਅਦਾ ਕਿ ਅਸੀਂ ਇੰਨੀ ਕਦੀ ਸੁਣੀ ਵੀ ਨਹੀਂ ਹੋਣੀ ਆ ਹੁਣ ਗੱਲ ਕਰਦੇ ਆ ਰਾਜਾ ਚ ਰਾਣੀ ਦੇ ਤਾਜ ਦੇ ਅਉਧੇ ਦੇ ਨਾਲ ਕਿਹੜੀ ਕਿਹੜੀ ਜਾਇਦਾਦ ਹੈ ਤਕਰੀਬਨ ਇਹ ਗੱਲ ਕਰੀਏ ਹੁਣ ਅਸੀਂ ਗੱਲ ਕਰਦੇ ਆ ਤਾਜ ਦੀ ਅਉਧੇ ਦੇ ਨਾਮ ਤੇ ਜਾਇਦਾਦ 1.55 ਲੱਖ ਕਰੋੜ ਰੁਪਏ ਦਾ ਤਾਜ ਦੇ ਨਾਮ ਦੇ ਉੱਤੇ ਸਿਰਫ ਬਕਿੰਗਮ ਪੈਲੇਸ ਦੀ ਕੁੱਲ ਲਾਗਤ ਜੇ ਅਸੀਂ ਗੱਲ ਕੀਤੀ ਜਾਵੇ ਜਿੱਥੇ ਉਹਨਾਂ ਨੇ 70 ਸਾਲ ਰਏ ਨੇ ਉਹ ਬਕਿੰਗਮ ਪੈਲੇਸ ਦੇ ਵਿੱਚ ਜੇ ਅਸੀਂ ਹੁਣ ਕੈਸਰ ਬੈਰਮੋਲਾ ਕਾਰਲਸਟਲ ਦੀ ਗੱਲ ਕਰੀਏ ਤਾਂ ਉਹ ਹਰ ਸਮਰ ਦੇ ਵਿੱਚ ਜਾਂਦੇ ਸੀ ਸਕਾਟਲੈਂਡ ਦੇ ਵਿੱਚ ਇਹਦੀ ਕੀਮਤ ਜਿਹੜੀ ਬਕਿੰਗਮ ਪੈਲੇਸ ਦੀ ਕੁੱਲ ਲਾਗਤ ਹੈ 39000 ਕਰੋੜ ਰੁਪਏ ਦੱਸੀ ਜਾ ਰਹੀ ਹੈ ਉਸ ਬਾਅਦ ਜੇ ਅਸੀਂ ਗੱਲ ਕੀਤੀ ਜਾਵੇ ਡੱਚੀਆਫ ਕੋਨ ਵਾਲ ਨਾਂ ਦੇ ਤੇ ਜਿਹੜੀ ਜਾਇਦਾਦ ਹੈ ਕੋਨ ਵਾਲ ਦੇ ਤੇ ਜਿਹੜੀ ਜਾਇਦਾਦ ਹੈ ਉਹ 10000 ਕਰੋੜ ਰੁਪਏ ਦੀ ਹੈ ਕੈਨ ਸਟਿੰਗਨ ਪੈਲੈਸ ਜਿਹੜੀ ਕਿੰਗਸਟਨ ਪੈਲੈਸ ਜਨੂਸੀ ਕਹਿੰਨੇ ਆ ਉਹਦੀ ਕੀਮਤ 5000 ਕਰੋੜ ਰੁਪਏ ਆ ਔਰ ਉਸ ਤੋਂ ਬਾਅਦ ਜੇਸੀ ਕਹਿੰਨੇ ਆ ਲਕੈਂਸਟਰ ਦੇ ਨਾਂ ਤੇ ਜਾਇਦਾਦ ਡਿਟੀ ਆਫ ਲਕੈਂਸਟਰ ਦੇ ਨਾਂ ਤੇ ਜਿਹੜੀ ਜਾਇਦਾਦ ਆ 5.96 ਹਜ਼ਾਰ ਕਰੋੜ ਰੁਪਏ ਸੋ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਕਿੰਨੀ ਜਾਇਦਾਦ ਜਿਹੜੀ ਹੈ ਉਸ ਦੀ ਮਾਲਕਨ ਜਿਹੜੇ ਨੇ ਉਸ ਦੇ ਮਾਲਕੀਅਤ ਜਿਹੜੀ ਹੈ ਉਹ ਸ਼ਾਹੀ ਪਰਿਵਾਰ ਕੋਲ ਆ ਸਕਾਟਲੈਂਡ ਦੇ ਵਿੱਚ ਤਾਜ ਦੇ ਨਾਮ ਤੇ ਕੁੱਲ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ 4.71 ਹਜ਼ਾਰ ਕਰੋੜ ਰੁਪਏ ਆ ਇੱਕ ਫੋਬਸ ਜਿਹੜੀ ਹੈ ਦੁਨੀਆ ਦੀ ਤੁਹਾਨੂੰ ਪਤਾ ਹੈ ਕਿ ਫੋਬਸ ਅਜਹੀ ਮੈਗਜ਼ੀਨ ਹੈ ਐਸੀ ਰਿਸਰਚ ਮੈਗਜ਼ੀਨ ਹੈ ਜਿਹੜੀ ਕਿ ਲੋਕ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੇ ਬਾਰੇ ਜਿਹੜੀ ਹੈ ਉਹ ਛਾਪਦੀ ਹੈ ਉਹਨਾਂ ਬਾਰੇ ਇਨਵੈਸਟੀਗੇਟ ਕਰਦੀ ਹੈ ਫੋਬਸ ਦੀ ਰਿਪੋਰਟ ਦੇ ਮੁਤਾਬਕ ਮਹਾਰਾਣੀ ਐਲਿਜ਼ਾਬੈਥ 4000 ਕਰੋੜ ਰੁਪਏ ਦੀ ਨੀਚੀ ਜਾਇਦਾਦ ਦੀ ਮਾਲਕ ਸੀ ਇਹਨਾਂ ਦੇ ਵਿੱਚ ਉਸ ਦੇ ਨਿਵੇਸ਼ ਕਲਾ ਕੀਮਤੀ ਪੱਥਰ ਅਤੇ ਰੀਅਲ ਏਸਟੇਟ ਦੇ ਵਿੱਚ ਸ਼ਾਮਲ ਯਾਨੀ ਕਿ ਉਹਨਾਂ ਦੇ ਕੋਲ ਬੜੇ ਸਾਰੇ ਕੀਮਤੀ ਸਟੋਨਸ ਵੀ ਸੀਗੇ ਸੈਂਟਰਿੰਗਮ ਹਾਊਸ ਅਤੇ ਬਲਮੋਰ ਫੋਰਟ ਵੀ ਮਹਾਰਾਣੀ ਦੀ ਨਿੱਜੀ ਦਾਇਰਸ ਸੀ ਜਿੱਥੇ ਉਹਨਾਂ ਦੀ ਹੁਣ ਫੌਤ ਹੋਏ ਨੇ ਜਿੱਥੇ ਉਹਨਾਂ ਨੇ ਆਖਰੀ ਸਾਹ ਲਏ ਨੇ ਉਹ ਵੀ ਉਹਨਾਂ ਦੀ ਨਿੱਜੀ ਦਾਇਰਸ ਸੀਗੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ 4500 ਕਰੋੜ ਰੁਪਏ ਦਾ ਤਾਜ ਜਿਹੜਾ ਸੀਗਾ ਉਹ ਪਹਿਨਦੀ ਸੀਗੀ ਤੁਹਾਨੂੰ ਪਤਾ ਹੋਵੇ ਇਹ ਤਾਜ ਉਹੀ ਹੈ ਜਦੇ ਵਿੱਚ ਕਹਿੰਦੇ ਕਿ ਕੋਹੇ ਨੂਰ ਜੜਿਆ ਹੋਇਆ ਹੈ ਸੋ ਮਹਾਰਾਣੀ ਲਿਜ਼ਾਬੈਥ ਮਹਾਰਾਣੀ ਲਿਜ਼ਾਬੈਥ 2 ਦੀ ਗਲੈਮਰਸ ਅਤੇ ਲਗਜ਼ਰੀ ਜ਼ਿੰਦਗੀ ਦਾ ਅੰਦਾਜ਼ ਇਸ ਤੱਤ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਕਿੰਗਮ ਜਿੱਥੇ ਉਹ 70 ਸਾਲਾਂ ਤੱਕ ਰਹੀ ਹੈ ਉਹਦੇ ਵਿੱਚ 775 ਕਮਰੇ ਨੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 775 ਕਮਰੇ ਔਰ ਕਿੰਨਾ 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 ਵੱਡਾ ਜਿਹੜਾ ਹੈ ਉਹ ਉਹਨਾਂ ਦੇ ਕੋਲੇ ਹੋਏਗਾ ਕਿੰਨਾ ਵੱਡਾ ਉਹਨਾਂ ਦੇ ਕੋਲ ਜਿਹੜਾ ਇਸ ਜ਼ਿੰਦਗੀ ਨੂੰ ਜਿਊਂਦਾ ਤਰੀਕਾ ਹੋਏਗਾ ਅਤੇ 78 ਬਾਥਰੂਮ ਨੇ 775 ਕਮਰੇ ਅਤੇ 78 ਬਾਥਰੂਮ ਨੇ ਇੰਨਾ ਹੀ ਨਹੀਂ ਮਹਾਰਾਣੀ ਦੇ ਤਾਜ ਨੂੰ 2900 ਕੀਮਤੀ ਪੱਥਰਾਂ ਦੇ ਨਾਲ ਸਜਾਇਆ ਗਿਆ ਸੀ ਯਾਨੀ ਕਿ ਡਾਇਮੰਡਸ ਨੇ ਬੜੇ سارے ਹੋਰ ਕੀਮਤੀ ਸਟੋਨਸ ਨੇ ਉਹਦੇ ਵਿੱਚ ਇਸ ਤਾਜ ਦੀ ਕੀਮਤ ਦੀ ਗੱਲ ਕਰਾਂ ਤੇ 4500 ਕਰੋੜ ਰੁਪਏ ਦੀ ਹੈ ਇਸ 4500 ਕਰੋੜ ਰੁਪਿਆ ਇਸ ਤਾਜ ਦੇ ਵਿੱਚ ਭਾਰਤ ਦਾ ਕੋਇਨੂਰ ਹੀਰਾ ਵੀ ਜੜਿਆ ਹੋਇਆ ਮੈਂ ਪਹਿਲਾਂ ਹੀ ਦੱਸ ਚੁੱਕਾ ਜੇਕਰ ਤਾਜ ਦੇ ਨਾਲ ਹੋਰ ਕੀਮਤੀ ਪੱਥਰਾਂ ਦੀ ਕੀਮਤ ਨੂੰ ਜੋੜੀਏ ਤਾਂ ਇਹ ਲਗਭਗ 31000 ਕਰੋੜ ਰੁਪਏ ਦੇ ਹਨ ਤੇ ਇੰਨਾ ਹੀ ਨਹੀਂ ਐਲਿਜ਼ਾਬੈਥ ਦੇ ਕੋਲ ਵੱਖ-ਵੱਖ ਰੰਗਾਂ ਦੇ ਜੇ 200 ਤੋਂ ਜ਼ਿਆਦਾ ਹੈਂਡਬੈਗ ਸਨ ਜਿਨ੍ਹਾਂ ਨੂੰ ਉਹ ਅਕਸਰ ਆਪਣੇ ਨਾਲ ਲੈ ਕੇ ਬਾਹਰ ਨਿਕਲਦੀ ਸੀ ਮਹਾਰਾਣੀ ਲিজਬੈਥ ਲੈਂਡ ਰੋਵਰ ਕਾਰ ਨੂੰ ਪਸੰਦ ਕਰਦੀ ਸੀ ਜਿਸ ਦਾ ਨਾਮ ਡਿਫੈਂਡਰ ਸੀ ਸੋ ਤੁਸੀਂ حساب ਲਾ ਸਕਦੇ ਹੋ ਕਿ ਕਿੰਨੀਆਂ ਮਹਿੰਗੀਆਂ ਕਾਰਾਂ ਸੀ ਦਰਅਸਲ 70 ਸਾਲਾਂ ਤੱਕ ਬ੍ਰਿਟੇਨ ਦੀ ਗੱਡੀ ਤੇ ਕਾਬਜ ਰਹਿਣਾ ਕੋਈ ਛੋਟੀ ਗੱਲ ਨਹੀਂ ਹੈਗੀ ਆ ਔਰ ਇਹ ਰਹਿਣ ਵਾਲੀ ਮਹਾਰਾਣੀ ਨੇ ਐਲਾਨ ਕੀਤਾ ਸੀ ਕਿ ਪ੍ਰਿੰਸ ਚਾਲ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਨੇ ਉਹ ਰਾਜਾ ਬਣਨਗੇ ਔਰ ਕੱਲ ਹੀ ਸਾਡੇ ਕੋਲ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਅਸਵੇਰ ਤੋਂ ਸਰ ਰਹੀਆਂ ਖਬਰਾਂ ਕਿ ਉਹ ਗੱਦੀ ਸੰਭਾਲ ਲੈਣਗੇ ਉਹ ਰਾਜਾ ਬਣਨਗੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਦੇ ਪਰਮਿਸ਼ਨ ਦੀ ਕਿਰਿਆ ਕੀ ਹੋਏਗੀ ਕਿੱਥੋਂ ਹੋਏਗਾ ਕਿਸ ਤਰੀਕੇ ਨਾਲ ਹੋਏਗਾ ਉਸ ਬਾਰੇ ਪਤਾ ਲੱਗੇਗਾ ਸ਼ੁਰੂ ਵਿੱਚ ਮਹਾਰਾਣੀ ਨੇ ਘੋਸ਼ਣਾ ਕੀਤੀ ਸੀ ਕਿ ਜਦੋਂ ਪ੍ਰਿੰਸ ਚਾਲ ਗੱਦੀ ਤੇ ਬੈਠਣਗੇ ਤਾਂ ਉਹਨਾਂ ਦੀ ਪਤਨੀ ਕੈਮੀਲਾ ਜਿਹੜੇ ਨੇ ਜੋ ਡਚੈਸ ਨੇ ਡਿਟੇਸ ਆਫ ਕਾਰਨਵਲ ਨੇ ਉਹ ਰਾਣੀ ਕਨਸੋਰਟ ਬਣ ਬਣੇਗੀ ਜਦੋਂ ਜੇ ਆ ਹੁੰਦਾ ਹੈ ਤਾਂ ਕੈਮੀਲਾ ਨੂੰ ਉਹ ਰਾਜਮਾਤਾ ਦਾ ਮਸ਼ਹੂਰ ਕੋਹੇਨੂਰ ਵਾਲਾ ਤਾਜ ਮਿਲੇਗਾ ਸੋ ਪੰਜਾਬੀਆਂ ਲਈ ਸਪੈਸ਼ਲੀ ਅਸੀਂ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਹੁਣ ਜਿਹੜੇ ਜਿਹੜੇ ਨੇ ਉਹਨਾਂ ਦਾ ਬਹੁਤ ਗਹਿਰਾ ਸਬੰਧ ਰਿਹਾ ਉਸ ਕੋਹੇਨੂਰ ਦੇ ਨਾਲ ਸੋ ਸਾਡੇ ਲਈ ਉਸ ਕੋਹੇਨੂਰ ਬਾਰੇ ਜਾਣਨਾ ਵੀ ਬਹੁਤ ਅਹਿਮ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਕਿ ਜੇਕਰ ਕੈਮੀਲਾ ਨੂੰ ਇਹ ਮਿਲ ਸਕਦਾ ਹੈ ਜੇਕਰ ਇਹ ਸਭ ਕੁਝ ਹੁੰਦਾ ਹੈ ਸੋ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਵੱਡੀ ਖਬਰ ਹੈ ਔਰ ਕੈਮੀਲਾ ਤੇ ਜਿਹੜਾ ਕਿਹਾ ਸਾਡਾ ਕੋਹਿੰਨੂਰ ਜਿਹੜਾ ਹੈ ਉਹ ਲਈ ਅੱਜ ਮੈਂ ਬਹੁਤ ਸਾਰੇ ਮੀਮਸ ਵੀ ਦੇਖ ਰਿਹਾ ਸੀਗਾ ਕਿ ਮੀਮਸ ਵਿੱਚ ਅਸੀਂ ਕਹਿੰਦੇ ਕਿ ਹੁਣ ਤਾਂ ਫੌਤ ਹੋ ਗਏ ਨੇ ਹੁਣ ਤੁਸੀਂ ਕੋਹਿੰਨੂਰ ਨਹੀਂ ਰਾ ਵਾਪਸ ਲੈ ਲਿਓ ਸੋਏ ਸੀ ਜੀ ਬਕਿੰਗਮ ਦਾ ਰਾਜ ਔਰ ਸਭ ਤੋਂ ਲੌਂਗੇਸਟ ਰਾਜ ਕਰਨ ਵਾਲੀ ਮੋਨਾਕ ਜਿਹਨਾਂ ਨੇ 70 ਸਾਲ ਰਾਜ ਕੀਤਾ ਉਹਨਾਂ ਦੇ ਬਾਰੇ ਗੱਲ ਹੁਣ ਪੰਜਾਬ ਮੜੋਂ ਨੇ ਆ ਤੇ ਪੰਜਾਬ ਦੇ ਵਿੱਚ ਅੱਜ ਸਵੇਰ ਤੋਂ ਹੀ ਬੜਾ ਕੁਝ ਚੱਲ ਰਿਹਾ ਵਿਧਾਇਕ ਗੱਜੜ ਮਾਜਰਾ ਜਿਹੜੇ ਕਿ ਅਮਰਗੜ ਤੋਂ ਵਿਧਾਇਕ ਨੇ ਉਹਨਾਂ ਦੇ ਉੱਤੇ ਈਡੀ ਨੇ ਸ਼ਿਕੰਜਾ ਕਾਸ ਲਿਆ ਸੋ ਈਡੀ ਨੇ ਸ਼ਕੰਡਾ ਐਵੇਂ ਨਹੀਂ ਕੱਸਿਆ ਕਹਿੰਦੇ ਕਿ ਕੁਝ 40 ਕਰੋੜ ਦੀ ਜਿਹੜੀ ਜਾਇਦਾਦ ਹੈ ਜੀ ਜਿਹੜਾ ਲੋਨ ਹੈ ਉਸ ਨੂੰ ਲੈ ਕੇ ਕੀਤੀ ਹੈ ਗੱਲਬਾਤ ਕਹਿੰਦੇ ਜੀ ਕੋਈ ਇਹਨਾਂ ਦੀ ਕੰਪਨੀ ਸਿਗੀ ਜਿਹਨਾਂ ਦੇ ਉੱਤੇ ਇਹਨਾਂ ਨੇ ਲੋਨ ਲਿਆ ਸੀਗਾ ਫਿਰ ਉਹ ਲੋਨ ਜਿਹੜਾ ਆ ਉਹ ਚੁਕਾਇਆ ਨਹੀਂ ਇਹਨਾਂ ਦੇ ਨਾਲ ਤਿੰਨ ਹੋਰ ਵੀ ਡਾਇਰੈਕਟਰ ਸੀਗੇ ਅਸਵੀਰ 6 ਵਜੇ ਤੋਂ ਲੈ ਕੇ ਅਸੀਂ ਦੇਖਿਆ ਕਿ ਲਗਾਤਾਰ ਜਿਹੜੀ ਹੈ ਟੀਮਾਂ ਨੇ ਜਿਹੜੀਆਂ ਇੰਡੀਆ ਦੀਆਂ ਟੀਮਾਂ ਨੇ ਔਰ ਉਸ ਤੋਂ ਲਾਪਾਂ ਦੇ ਨਾਲ CRPF ਦੇ ਜਿਹੜੇ ਲੋਕ ਨੇ ਉਹ ਲਗਾਤਾਰ ਉੱਥੇ ਜਾ ਰਹੇ ਨੇ ਇਨਫੋਰਸਮੈਂਟ ਡਾਇਰੈਕਟਰ ਦੀਆਂ ਟੀਮਾਂ ਨੇ ਅੱਜ ਸਵੇਰੇ ਤੜਕੇ 6 ਵਜੇ ਉੱਥੇ ਜਿਹੜਾ ਹੱਲਾ ਬੋਲ ਦਿੱਤਾ ਹਾਲਾਂਕਿ ਇਸ ਜਿਹੜਾ ਜਿਹੜਾ ਉੱਥੇ ਕਾਰਵਾਈ ਚੱਲ ਰਹੀ ਉਹਦੀਆਂ ਫੁਟੇਜ ਹਲੇ ਤੱਕ ਬਾਹਰ ਨਹੀਂ ਆਈਆਂ ਕਹਿੰਦੇ ਕਿ ਜਿਹੜੇ ਮੀਡੀਆ ਪਰਸਨ ਜਿਹੜੇ ਸਾਡੇ ਸਹਾਇਕ ਜਾ ਰਹੇ ਨੇ ਉੱਥੇ ਕਹਿੰਦੇ ਉਹਨਾਂ ਨੂੰ ਫੋਟੋ ਖਿੱਚਣ ਦੀ ਜਿਹੜੀ ਹੈ ਮਨਾਹੀ ਹੈ ਹਾਲਾਂਕਿ ਇੱਥੇ ਇੱਕ ਹੋਰ ਗੱਲ ਦੇਖਣ ਵਾਲੀ ਹੈ ਅੱਜ ਜਦੋਂ ਇਸ ਬਾਰੇ ਬਾਕੀ ਆਪ ਦੇ ਜਿਹੜੇ ਮੰਤਰੀ ਨੇ ਕੈਬਨਿਟ ਮਿਨਿਸਟਰਸ ਨੇ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਸ ਗੱਲ ਤੇ ਕਿ ਭਾਜਪਾ ਦਾ ਇਹ ਤਰੀਕਾ ਰਿਹਾ ਹੈ ਇਸ ਕਰਕੇ ਭਾਜਪਾ ਜਿਹੜੀ ਆ ਚਾਹੁੰਦੀ ਨਹੀਂ ਕਿ ਲੋਕ ਕੰਮ ਕਰਨ ਔਰ ਇਸ ਕੰਮ ਦੇ ਕਰਕੇ ਹੀ ਜਸਵੰਤ ਸਿੰਘ ਗੱਜਣ ਮਾਜਰਾ ਦੇ ਉੱਤੇ ਉਹਨਾਂ ਦੇ ਪਰਿਵਾਰ ਦੇ ਨਾਲ ਸੰਬੰਧਿਤ ਕਾਰੋਬਾਰੀ ਅਦਾਰਿਆਂ ਦੇ ਉੱਤੇ ਹਮਲਾ ਕੀਤਾ ਗਿਆ ਫਿਲਹਾਲ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਹ ਜਦੋਂ ਲੋਨ ਲਿਆ ਗਿਆ ਸੀ ਉਦੋਂ ਇਹ ਵਿਧਾਇਕ ਨਹੀਂ ਸੀਗੇ ਪਰਿਨਾ ਨੇ ਕਿਹਾ ਕਿ ਦਿਵਾਲੀਆ ਘਰਾਰ ਕਰ ਦਿੱਤਾ ਜਿਹੜੀ ਕੰਪਨੀ ਦੇ ਉੱਤੇ ਲੋਨ ਲਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਜਦੋਂ ਦਿਵਾਲੀਆ ਕੀਤਾ ਗਿਆ ਤੇ ਫਿਰ ਨਵੀਂ ਕੰਪਨੀ ਉਹਦੇ ਨਾਲ ਹੀ ਖੋਲ ਲੀ ਇਸ ਕਰਕੇ ਇਹਨਾਂ 'ਤੇ ਕਾਰਵਾਈ ਹੋ ਰਹੀ ਹੈ ਹਾਲਾਂਕਿ ਅਜ ਉਹਨਾਂ ਦੀ ਫੈਕਟਰੀ ਇਸ ਤੋਂ ਇਲਾਵਾ ਤਾਰਾ ਕਾਨਵੈਂਟ ਸਕੂਲ ਮਲੇਰਕੋਟਲਾ ਕਾਰੋਬਾਰੀ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਸ਼ਾਪਿਆ ਦੌਰਾਨ ED ਦੀ ਟੀਮ ਦੇ ਨਾਲ CRPF ਦੇ ਬੜੇ سارے ਨੌਜਵਾਨ ਨੇ ਜਿਹੜਾ ਨੇ ਫੋਟੋਜ਼ ਜਿਹੜੀ ਹੈ ਫੋਟੋਗ੍ਰਾਫੀ ਕਰਨਾ ਜਿਹੜਾ ਮਨਾ ਕਰ ਦਿੱਤਾ ਮੀਡੀਆ ਪਰਸਨਸ ਨੂੰ ਸੋ ਇਹ ਵੱਡੀ ਖਬਰ ਹੈ ਅੱਜ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਸੋ ਆਮ ਆਦਮੀ ਪਾਰਟੀ ਨੂੰ ਅੱਜ ਬੜੇ سارے ਲੋਕਾਂ ਨੂੰ ਸਵਾਲ ਹੀ ਪੁੱਛੇ ਗਏ ਪਰ ਉਹਨਾਂ ਨੇ ਇੱਕ ਬੜਾ ਧੁਕਮਾ ਜਿਹਾ ਜਵਾਬ ਦਿੱਤਾ ਕਿ ਬੀਜੇਪੀ ਦਾ ਸਟਾਈਲ ਹੈ ਕਿ ਜੇ ਕੋਈ ਚੰਗਾ ਕੰਮ ਕਰਦਾ ਤੇ ਉਹਨੇ ਉੱਤੇ ਕਰ ਲੋ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਸਾਡੇ ਬੰਦੇ ਠੀਕ ਨੇ ਤੇ ਨਿਕਲ ਆਉਣਗੇ ਤਾਰਾ ਗਰੁੱਪ ਆਫ ਕੰਪਨੀਆਂ ਜਿਹੜੀ ਸੀਗੀ ਉਸ ਨੂੰ ਲੈ ਕੇ ਇਹ ਜਿਹੜਾ ਇੱਕ ਪੂਰੀ ਕਹ ਲੀਏ ਕਿ ਕਸ਼ਮਕਸ਼ ਹੈ ਡਾਇਰੈਕਟਰ ਦੇ ਬਾਕੀ ਡਾਇਰੈਕਟਰਾਂ ਦੇ ਘਰਾਂ ਦੇ ਵਿੱਚ ਵੀ ਛਾਪੇ ਮਰੇ ਨੇ ਵਿਧਾਇਕ ਗੰਜਨ ਮਾਜਰਾ ਦੀ ਪਿੰਡ ਵਿਚਲੀ ਰਹਾਇਸ਼ ਥੇ ਉਹ ਰਹਿੰਦੇ ਨੇ ਤੇ ਕਨਵੈਂਟ ਸਕੂਲ ਤਾਰਾ ਉੱਥੇ ਵੀ ਉਹ ਗਏ ਨੇ ਇਸ ਤੋਂ ਇਲਾਵਾ ਤਾਰਾ ਸਟੇਟ ਗੋਸਪੁਰਾ ਦੇ ਉੱਤੇ ਬਾਹਰ ਵੀ ਜਿਹੜੇ ਨੇ ਈਡੀ ਦੇ ਅਫਸਰ ਤਰਾਤ ਨੇ ਉੱਥੇ ਵੀ ਜਿਹੜਾ ਹੋ ਸਕਦਾ ਹੈ ਕਿ ਕੁਝ ਨਾ ਕੁਝ ਮਿਲ ਸਕੇ ਤੇ ਬਹੁਤ ਕੁਝ ਹੋਰ ਜਿਹੜਾ ਨਿਕਲ ਕੇ ਸਾਹਮਣੇ ਆ ਸਕਦਾ ਹੈ ਇਹਨਾਂ ਸਾਰੀਆਂ ਖਬਰਾਂ ਦੇ ਵਿੱਚੋਂ ਪਰ ਦਿਖਣ ਵਾਲੀ ਗੱਲ ਹੈ ਕਿ ਜਾਂ ਤੇ ਫਿਰ ਈਡੀ ਦਾ ਜਿਹੜਾ ਉਹਦੋਂ ਕੰਮ ਹੁੰਦਾ ਜਦੋਂ ਸੈਂਟਰ ਨੇ ਕੁਝ ਘਟਨਾ ਹੋਵੇ ਜਾਂ ਫਿਰ ਅਸੀਂ ਕਹਿੰਦੇ ਕਿ ਉਹਦੋਂ ਹੁੰਦਾ ਹੈ ਜਦੋਂ ਈਡੀ ਨੂੰ ਲੱਗਦਾ ਹੈ ਕਿ ਵਾਕੇ ਕੁਝ ਹੋਇਆ ਹੁਣ ਜ ਜੇ ਅਸੀਂ ਮਾਜਰਾ ਸਾਹਿਬ ਦੀ ਗੱਲ ਕਰੀਏ ਤਾਂ ਇਹਨਾਂ ਦੇ ਕੇਸ ਦੇ ਵਿੱਚ ਕੀ ਹੁੰਦਾ ਹੈ ਜਸਵੰਤ ਸਿੰਘ ਹੋਣਾ ਦੇ ਕੇਸ ਦੇ ਵਿੱਚ ਕੀ ਹੈ ਇਹ ਸਮਾਂ ਦੱਸੇਗਾ ਪਰ ਸਮੇਂ ਤੋਂ ਪਹਿਲਾਂ ਇਸ ਬਾਰੇ ਵੀ ਜਾਣਕਾਰੀ ਰੱਖਣੀ ਬਹੁਤ ਜ਼ਰੂਰੀ ਹੈ ਕਿ ਕਿਉਂ ਹੋ ਰਿਹਾ ਕਿਸ ਤਰੀਕੇ ਦੇ ਨਾਲ ਹੋ ਰਿਹਾ ਗੱਜੜ ਮਾਜਰਾ ਦਾ ਔਰ ਕੀ ਵਾਕਈ ਹੀ ਇਹ ਦੋਸ਼ੀ ਨੇ ਕਿਉਂਕਿ ਹਲੇ ਕੁਝ ਕਲੀਅਰ ਨਹੀਂ ਹੋਇਆ ਇਹ ਪਤਾ ਲੱਗੇਗਾ ਅੱਗੇ ਬਾਅਦਾਂ ਤੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਗੱਲ ਕਰਦੇ ਹਾਂ ਕਿ ਸਿੱਧੂ ਮੂਸੇਵਾਲਾ ਕਤਲ ਦਾ ਬਦਲਾ ਲੈਣ ਦੀ ਫਰਾਕ ਦੇ ਵਿੱਚ ਬੰਬ ਵਿਹਾ ਘ੍ਰਪ ਹੈ ਔਰ ਇਹ ਵੱਡਾ ਅਲਰਟ ਜਿਹੜਾ ਹੈ ਖੂਫੀਆ ਏਜੰਸੀਆਂ ਨੇ ਜਿਹੜਾ ਪੰਜਾਬ ਪੁਲਿਸ ਨੂੰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਗੈਂਗਵਾਰ ਦਾ ਖਤਸ਼ਾਹ ਪੰਜਾਬ ਦੇ ਵਿੱਚ ਇਸ ਕਰਕੇ ਪੁਲਿਸ ਨੂੰ ਚੌਕਸ ਕਰ ਦਿੱਤਾ ਹੈ ਪੁਲਿਸ ਸੂਤਰਾਂ ਦੀ ਜਿਹੜੀ ਇੱਕ ਰਿਪੋਰਟ ਆਈ ਹੈ ਕਿ ਖੂਫੀਆ ਏਜੰਸੀਆਂ ਨੂੰ ਚੌਕਸ ਹੋਣ ਦੀ ਵੱਡੀ ਵੱਡੀ ਲੋੜ ਹੈ ਕਿਉਂਕਿ ਲਗਾਤਾਰ ਅਸੀਂ ਦੇਖਿਆ ਕਿ ਬੰਬੀਹਾ ਗਰੁੱਪ ਬੜੇ ਸਾਰੇ ਕੰਮ ਕਰ ਰਿਹਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੀ ਸਪੈਸ਼ਲ ਸੈੱਲ ਨੇ ਬੰਬੀਹਾ ਗਰੁੱਪ ਦੇ ਜਿਹੜੇ ਗੈਂਗਸਟਰ ਛੇ ਗੈਂਗਸਟਰ ਨੂੰ ਕਾਬੂ ਕੀਤਾ ਹੈ ਉਹਨਾਂ ਤੋਂ ਵੱਡੇ ਖੁਲਾਸੇ ਹੋਏ ਨੇ ਉਹਨਾਂ ਨੇ ਕਿਹਾ ਕਿ ਅਸੀਂ ਲਗਾਤਾਰ ਜਿਹੜਾ ਹੈ ਉਹ ਇਹ ਕੋਈ ਨਾ ਕੋਈ ਰੰਚੇਸ਼ ਕਰ ਰਹੇ ਕਿਉਂਕਿ ਇਸ ਸਮੇਂ ਜੇ ਦੋ ਨਾਮ ਲਈਏ ਅਹਿਮ ਨਾਮ ਲਾਰੈਂਸ ਬਿਸ਼ਨੋਈ ਔਰ ਜੱਗੂ ਭਗਵਾਨਪੁਰੀਆ ਦੋਹੇ ਪੰਜਾਬ ਦੇ ਵਿੱਚ ਨੇ ਔਰ ਦੋਹੇ ਜਿਹੜੇ ਨੇ ਉਹ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ ਅ ਤੋ ਫਿਰ ਇਹ ਹੋ ਸਕਦਾ ਹੈ ਇਸ ਕਰਕੇ ਪੰਜਾਬ ਦੇ ਵਿੱਚ ਜੇ ਇਦਾਂ ਦੀ ਗੱਲ ਹੁੰਦੀ ਹੈ ਤੇ ਬੜਾ ਵੱਡਾ ਖਦਸ਼ਾ ਤੇ ਬੜਾ ਵੱਡਾ ਨੁਕਸਾਨ ਹੋ ਸਕਦਾ ਹੈ ਇਹਨੂੰ ਇੱਕ ਦੇਖਣ ਵਾਲੀ ਵੱਡੀ ਗੱਲ ਹੈ अच्छा इसके अलावा जे गल कीती जावे ता पंजाब ਦੇ ਵਿੱਚ ਕਿਹੜੀ ਕਿਹੜੀ ਇਹ ਕਿਉਂ ਹੋ ਰਿਹਾ ਹੈ ਕਿਸ ਤਰੀਕੇ ਦੇ ਨਾਲ ਹੋਏਗਾ ਕਿਉਂਕਿ 6 ਜਿਹੜੇ ਨਵੇਂ ਗੈਂਗਸਟਰ ਫੜੇ ਨੇ ਉਹਨਾਂ ਨੇ ਖੁਲਾਸੇ ਕੀਤੇ ਨੇ ਤੁਹਾਨੂੰ ਪਤਾ ਹੋਵੇਗਾ ਕਿ ਥੋੜੇ ਦਿਨ ਪਹਿਲਾਂ ਨਾਲਾਗੜ ਅਦਾਲਤ ਦੇ ਵਿੱਚ ਅਸੀਂ ਲਿਖਿਆ ਸੀ ਕੱਲ ਜਿਹੜਾ ਗੋਲੀਬਾਰੀ ਹੋਈ ਆ ਤੇ ਵਿੱਕੀ ਮਿੰਡੂ ਖੇੜਾ ਦੇ ਕਾਤਲ ਜਿਹੜੇ ਨੇ ਸ਼ਾਪ ਸ਼ੂਟਰ ਬੰਬੀਆ ਗਰੁੱਪ ਦੇ ਸੰਨੀ ਨੂੰ ਛਡਾਉਣ ਦਾ ਦੀ ਕੋਸ਼ਿਸ਼ ਕੀਤੀ ਗਈ ਆ। ਸੰਨੀ ਉਹ ਨਾਮ ਹੈ ਜਿਹੜਾ ਵਿੱਕੀ ਮਿੰਡੂ ਖੇੜਾ ਕਤਲ ਮਾਮਲੇ ਦੇ ਵਿੱਚ ਜੁੜਿਆ ਹੋਇਆ ਹੈ ਆ ਔਰ ਇਸ ਕਰਕੇ ਜੇ ਹੁਣ ਨਾਮ ਹੋਰ ਵੀ ਵੱਡੇ ਜੁੜਦੇ ਨੇ ਜਿੰਨਾਂ ਚਿਰ ਵਾਰਗਟ ਨੇ ਤੇ ਇਹ ਸਾਰਿਆਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਜਦੋਂ ਇਹਨਾਂ ਨੂੰ ਫੜ ਲਿਆ ਗਿਆ ਪੁਲਿਸ ਦੇ ਵੱਲੋਂ ਤੇ ਖੁਲਾਸੇ ਕੀਤੇ ਗਏ ਨੇ ਕਿ ਇਹ ਬਿਸ਼ਨੋਈ ਤੋਂ ਬਦਲਾ ਲੈਣ ਦੀ ਇੱਕ ਵੱਡੀ ਸਾਜ਼ਿਸ਼ ਰਚ ਰਹੇ ਨੇ ਜੇ ਚੱਲ ਰਹੇ ਨੇ ਤੇ ਪੰਜਾਬ ਕਿੱਧਰ ਨੂੰ ਜਾ ਰਿਹਾ ਪੰਜਾਬ ਦੇ ਲੋਕ ਕਿੱਧਰ ਨੂੰ ਜਾਣਗੇ ਕਿਉਂਕਿ ਇਹ ਨਾ ਸਿਰਫ ਕਹਿੰਦੇ ਨੇ ਕਿ ਦੋ ਗੈਂਗ ਦਾ ਦੀ ਗੈਂਗ ਵਾਰ ਹੋਏਗੀ ਕਿਉਂਕਿ ਵੱਡੇ ਨੁਕਸਾਨ ਹੋ ਸਕਦੇ ਨੇ ਲਾਅ ਐਂਡ ਆਰਡਰ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਸਵਾਲਾਂ ਦੇ ਘੇਰਿਆਂ ਦੇ ਵਿੱਚ ਹੈ ਕਿਉਂਕਿ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਕੀਤਾ ਸਭ ਤੋਂ ਪਹਿਲਾ ਸੰਦੀਪ ਨੰਗਲ ਅੰਮੀਆਂ ਦਾ ਕਤਲ ਹੁੰਦਾ ਹੈ ਫਿਰ ਉਸ ਤੋਂ ਥੋੜੇ ਦਿਨ ਬਾਅਦ ਜੇ ਅਸੀਂ ਗੱਲ ਕਰੀਏ ਤਾਂ ਇਹਨਾਂ ਦੇ ਆਪਸੀ ਮੁਹਾਲੀ ਵਿਖੇ ਜਿਹੜਾ ਪੁਲਿਸ ਹੈੱਡਕੁਆਟਰ ਹੈ ਉਹਦੇ ਵਿੱਚ ਜਿਹੜਾ ਹੈ ਇੱਕ ਗ੍ਰੇਨਾਈਟ ਹਮਲਾ ਹੁੰਦਾ ਹੈ ਉਸ ਤੋਂ ਬਾਅਦ ਜੇ ਅਸੀਂ ਗੱਲ ਕੀਤੀ ਜਾਵੇ ਤਾਂ ਫਿਰ ਸਿੱਧੂ ਮੂਸੇਵਾਲਾ ਕਤਲ ਗਾਂਡ ਹੋ ਜਾਂਦਾ ਹੈ ਤੇ ਅੱਜ ਤੱਕ ਜਿਹੜੇ ਨੇ ਉਸ ਦੀ ਕਲੀਅਰ ਇਨਕੁਆਇਰੀ ਰਿਪੋਰਟ ਡਾ ਕਲੀਅਰ ਇੱਕ ਚੀਜ਼ ਜਿਹੜੀ ਸਾਡੇ ਕੋਲ ਸਾਹਮਣੇ ਨਿਕਲ ਕੇ ਨਹੀਂ ਆਈ ਸੋ ਵੱਡੀ ਗੱਲ ਹੈ ਤੇ ਪਰ ਜੇਕਰ ਹੁਣ ਇਹ ਗੱਲ ਹੈ ਨਾ ਕਿ ਪੰਜਾਬ ਦੇ ਵਿੱਚ ਕਿਵੇਂ ਇਹ ਸਭ ਕੁਝ ਹੋਏਗਾ ਕੌਣ ਇਸ ਨੂੰ ਮੈਨੇਜ ਕਰੇਗਾ ਕਿਸ ਤਰੀਕੇ ਦੇ ਨਾਲ ਹੋਏਗਾ ਆਪਣੇ ਆਪ ਦੇ ਵਿੱਚ ਵੱਡਾ ਸਵਾਲੀਗਾ ਨਿਸ਼ਾਨ ਹੈ ਇਸ ਸਮੇਂ ਪੰਜਾਬ ਸਰਕਾਰ ਦੇ ਲਈ ਸੋ ਇੱਕ ਬੰਨੇ ਤਾਂ ਹੁਣ ਮੈਂ ਕਹਾਂ ਕਿ ਸਾਡੇ ਸੀਐਮ ਸਾਹਿਬ ਜਿਹੜੇ ਨੇ ਉਹ ਹਿਮਾਚਲ ਦੇ ਵਿੱਚ ਬਿਜ਼ੀ ਨੇ ਕਿਉਂਕਿ ਉੱਥੇ ਚੋਣ ਪ੍ਰਚਾਰ ਚੱਲ ਰਿਹਾ ਅੱਜ ਗਰੰਟੀਆਂ ਵੀ ਦੇਣੀਆਂ ਸੀ ਕੇਜਰੀਵਾਲ ਸਾਹਿਬ ਨੇ ਉੱਥੇ ਪਹਿਲਾਂ ਵੀ ਦੇ ਚੁੱਕੇ ਨੇ ਔਰ ਇਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਵੀ ਉਹ ਤਰੰਗਾ ਰੈਲੀ ਕਰਦੇ ਨਜ਼ਰ ਆ ਰਹੇ ਨੇ ਇਸੇ ਦੇ ਵਿੱਚ ਪੰਜਾਬ ਦੇ ਵਿੱਚ ਇਹ ਹੋ ਸਕਦਾ ਹੈ ਕਿ ਹੁਣ ਮੌਕਾ ਹੋਵੇ ਇਸ ਗੈਂਗਵਾਰ ਇਲਾ ਗੈਂਗ ਵਾਲਿਆਂ ਦੇ ਕੋਲ ਗੈਂਗਵਾਰ ਕਰਨ ਦਾ ਪਰ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਡੀ ਹੋਮ ਮਿਨਿਸਟਰੀ ਹੈ ਇਹਨੂੰ ਪੂਰੇ ਅਲਰਟ ਦੇ ਉੱਤੇ ਰੱਖਣ ਦੀ ਲੋੜ ਹੈ ਸੋ ਭਗਵੰਤ ਪਾਨ ਸਾਹਿਬ ਹੁਣਾਂ ਨੂੰ ਪੰਜਾਬ ਦੇ ਵਿੱਚ ਕਿਉਂਕਿ ਇਹ ਹੀ ਟਾਈਮ ਹੈ ਬੜਾ ਸੀਰੀਅਸ ਜਾਂ ਸੈਂਸਿਟਿਵ ਟਾਈਮ ਹੈ ਇਹਦੇ ਉੱਤੇ ਵੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਤੋਂ ਬਹੁਤ ਕੁਝ ਤਵਕਕੋ ਕਰਦੇ ਨੇ ਔਰ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਕੋਈ ਨਹੀਂ ਪੰਜਾਬੀ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਸੋ ਇਸ ਲਈ ਮੇਰੇ ਨਾਲ ਦਾ ਕਿ ਹੁਣ ਬਹੁਤ ਜ਼ਿਆਦਾ ਤਵਕਕੋ ਦੇਣ ਦੀ ਲੋੜ ਹੈ ਅੱਛਾ ਅੱਗੇ ਬਾਤਾਂ ਆ ਪੰਜਾਬ ਇਹਦੇ ਉੱਤੇ ਦੁਬਾਰਾ ਆਵਾਂਗਾ ਅਗਲੀ ਖਬਰ ਚੜੀ ਹੈ ਉਹ ਵੀ ਬੜੀ ਅਹਿਮ ਖਬਰ ਹੈ ਅ ਅਸੀਂ ਸਾਰੇ ਜਾਣਦੇ ਹਾਂ ਕਿ ਤਕਰੀਬਨ 4 ਦਹਾਕਿਆਂ ਤੋਂ ਫਰੀਦਕੋਟ रियासत ਦੀ ਬੇਸ਼ੁਮਾਰ ਕੀਮਤ ਜੜੀ ਹੈ ਤਕਰੀਬਨ ਤਕਰੀਬਨ ਕਿਹਾ ਜਾਂਦਾ ਹੈ ਕਿ 50000 ਜਿਹੜੀ ਕਰੋੜ ਦੀ ਜਾਇਦਾਦ ਹੈ ਜਿਹੜੀ ਉੱਥੇ ਦੀ ਉਹਦੇ ਉੱਤੇ ਮਲਕੀਅਤ ਜਿਹੜੀ ਹੈ ਹੁਣ ਸੁਪਰੀਮ ਕੋਰਟ ਦੇ ਵੱਲੋਂ ਜਿਹੜੇ ਵਾਰਸਾਂ ਨੂੰ ਦੇ ਦਿੱਤੀ ਗਈ ਹਾਲਾਂਕਿ ਪਹਿਲਾਂ ਟਰਸਟ ਦੇ ਕੋਲ ਸੀਗੇ ਤੇ ਟਰਸਟ ਦੇ ਕੋਲ ਤਕਰੀਬਨ ਤਕਰੀਬਨ 250 ਤੋਂ ਵੱਧ ਜਿਹੜੇ ਸੀਗੇ ਉੱਥੇ ਮੁਲਾਜ਼ਮ ਕੰਮ ਕਰਦੇ ਸੀਗੇ ਹੁਣ ਜਦੋਂ ਅਕਤੂਬਰ ਤੋਂ ਬਾਅਦ ਸ਼ਾਹੀ ٹرسٹ ਦੀ ਹੋੰਦ ਖਤਮ ਹੋ ਜਾਣੀ ਆ ਤੇ ਇਹਨਾਂ 220 ਜਿਹੜੇ ਬੰਦੇ ਨੇ ਜਿਹੜੇ ਕੰਮ ਕਰ ਰਹੇ ਨੇ ਇਹਨਾਂ ਦਾ ਭਵਿੱਖ ਵੀ ਬੜਾ ਖਤਰੇ ਤੇ ਵਿੱਚ ਆ ਇਹਨਾਂ ਨੂੰ ਤਾਂ ਮਿਲ ਗਿਆ ਜਿਹੜੇ ਆਪਾਂ ਕਹ ਲਈਏ ਕਿ ਵਾਰਸਾਂ ਨੂੰ ਤਾਂ ਜਾਣ ਮਿਲ ਗਈ ਆ ਬਹੁਤ ਜੱਦ ਹੋ ਜਾਤ ਤੋਂ ਬਾਅਦ ਇਹਨਾਂ ਨੂੰ ਇਹ ਜਿਹੜੀ ਵੱਡੀ ਸੰਪਤੀ ਮਿਲ ਗਈ ਆ ਪਰ ਹੁਣ ਇਹ ਜਿਹੜੇ ਮੁਲਾਜ਼ਮ ਨੇ 250 ਉਹਨਾਂ ਦੀ ਹੋਂਦ ਦਾ ਕੀ ਹੋਵੇਗਾ ਰਾਜ ਮਹਿਲ ਸ਼ਾਹੀ ਰਾਜ ਮਹਿਲ ਜਿਹਨੂੰ ਅਸੀਂ ਕਹਿੰਦੇ ਹਾਂ ਕੰਟਰੀ ਕਲੱਬ ਹਸਪਤਾਲ ਅਸਤਬਾਲ ਹਵਾਈ ਅੱਡੇ ਦੀ ਸੰਭਾਲ ਦੇ ਲਈ ਇਹ ਤਾਇਨਾਤ ਕੀਤੇ ਗਏ ਸੀ ਇਸ ਤੋਂ ਇਲਾਵਾ ਚੈਲ ਰੋਡ ਤੇ 50 ਏਕੜ ਦੇ ਬਾਗ ਦੀ ਸੰਭਾਲ ਵੀ ਇਹ ਕਰਦੇ ਸੀਗੇ ਹੁਣ ਇਹ ਹੈ ਕਿ ਫਰੀਦਕੋਟ ਦੇ ਪਿੰਡ ਬੀੜ ਸਿੱਖਲਾ ਵਾਲਾ ਦੇ ਅਤੇ ਕੋਘਿਆਣਾ ਵਿੱਚ ਵਿਚੜੀ ਵਿਆਸਤ ਦੇ ਜੰਗਲ ਦੀ ਸਾਫ ਸੰਭਾਲ ਦੇ ਲਈ ਵੀ ਮੁਲਾਜ਼ਮ ਤਾਇਨਾਤ ਨੇ ਔਰ ਕਹਿੰਦੇ ਨੇ ਕਿ ਪਿਛਲੇ ਮਹੀਨੇ ਤਿੰਨਾਂ ਨੂੰ ਮਿਲ ਗਈ ਸੀ ਸੈਲਰੀ ਪਰ ਹੁਣ ਜਦੋਂ ਟਰਸਟ ਦਾ ਜਿਹੜਾ ਕੋਈ ਕੰਟਰੋਲ ਨਹੀਂ ਰਹਿ ਜਾਊਗਾ ਉਸ ਉੱਤੇ ਤਾਂ ਇਹ ਕੀ ਕਰਨਗੇ ਹਾਲਾਂਕਿ ਹੁਣ ਟਰਸਟ ਦੇ ਜਿਹੜੇ ਵੱਡੇ ਅਧਿਕਾਰੀ ਨੇ ਉਹ ਵੀ ਇਹਦੇ ਉੱਤੇ ਕੁਝ ਨਹੀਂ ਕਹਿ ਸਕਦੇ ਉਹ ਕਹਿੰਦੇ ਕਿ ਸਾਨੂੰ ਹੁਣ ਇਹਦੇ ਵਿੱਚ ਪਤਾ ਨਹੀਂ ਹੈਗਾ ਹੁਣ ਤੇ ਕਿਉਂਕਿ ਕਿਉਂਕਿ ਸੁਪਰੀਮ ਕੋਰਟ ਨੇ ਇਹਦੇ ਵਿੱਚ ਕਲੀਅਰ ਕਰ ਦਿੱਤਾ ਕਿ ਪਰਿਵਾਰਕ ਮੈਂਬਰਾਂ ਨੂੰ ਇਜਾਜ਼ਤ ਜਾਏਗੀ ਕਿਵੇਂ ਜਾਏਗੀ ਕਿਸ ਤਰੀਕੇ ਨਾਲ ਜਾਏਗੀ ਇਸ ਦਾ ਫੈਸਲਾ ਜਿਹੜਾ ਆ ਉਹ ਹੋ ਚੁੱਕਿਆ ਹੈ ਤੇ ਤਨਖਾਹਾਂ ਮਿਲਣਗੀਆਂ ਕਿ ਨਹੀਂ ਮਿਲਣਗੀਆਂ ਇਹ ਦੇਖਣਾ ਹੋਵੇਗਾ ਅੱਛਾ ਮੈਂ ਇਹ ਗੱਲ ਕਰਦਾ ਸੀ ਕਿ ਇੰਟਰਸਟਿੰਗ ਹੈ ਕਿਉਂਕਿ ਬਹੁਤ ਵੱਡੀ ਜਾਇਦਾਦ ਹੈ 50 ਹਜ਼ਾਰ ਕਰੋੜ ਦੀ ਜਾਇਦਾਦ ਹੈ ਉਸ ਤੋਂ ਬਾਅਦ ٹرسٹ ਨੂੰ ਚਲੇਗੀ ਕਿਵੇਂ ٹرسٹ ਨੂੰ ਗਈ ਕਿਸ ਤਰੀਕੇ ਨਾਲ ਹੋਇਆ ਇਹ ਆਪਣੇ ਆਪ ਦੇ ਵਿੱਚ ਬੜਾ ਹੀ ਇੱਕ ਕਹਿ ਲਿਆ ਕਿ ਸੀਕ੍ਰੇਟ ਜਿਹੜਾ ਬਾਕਸ ਹੈ ਉਸ ਨੂੰ ਖੋਲਣ ਦੀ ਲੋੜ ਹੈ ਫਿਲਹਾਲ ਮੈਂ ਕੋਸ਼ਿਸ਼ ਕਰਾਂਗਾ ਕਿ ਮੈਨੂੰ ਜਿੰਨੀ ਸਤੇ ਜਾਣਕਾਰੀ ਮਿਲੀ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਔਰ ਇਹ ਸੀ ਵੱਡੀ ਖਬਰ ਇਸ ਸਮੇਂ ਉਸ ਤੋਂ ਬਾਅਦ ਇੱਕ ਹੋਰ ਵੱਡੀ ਖਬਰ ਜਿਹੜੀ ਹੈ ਉਹ ਆ ਰਹੀ ਹੈ ਉਹ ਵੱਡੀ ਖਬਰ ਇਹ ਹੈ ਕਿ ਅੰਮ੍ਰਿਤਸਰ ਦੇ ਵਿੱਚ ਸਿੰਘ ਜਿਹੜੇ ਸਿੰਘਾਂ ਦਾ ਬਾਣਾ ਪਾਇਆ ਹੋਇਆ ਸੀ ਉਹਨਾਂ ਦੇ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਔਰ ਇਹ ਕਿਹਾ ਗਿਆ ਕਿ ਨੌਜਵਾਨ ਉਤੇ ਇਲਜ਼ਾਮ ਲਗਾਏ ਗਏ ਕਿ ਹਾਲਾਂਕਿ ਉਹਨੇ ਸ਼ਰਾਬ ਪੀਤੀ ਹੋਸੀ ਤੰਬਾਕੂ ਖਾਦਾ ਹੋਇਆ ਸੀਗਾ ਪਰ ਸਵਾਲ ਇਹ ਹੈ ਕਿ ਕੀ ਐਦਾਂ ਕਿਸੇ ਦੀ ਜਾਨ ਲੈਣਾ ਉਹ ਵੀ ਰਾਤ ਨੂੰ ਸ਼ਰੀਆਮ ਕਤਲ ਕਰਨਾ ਕਿੱਥੋਂ ਤੱਕ ਸਹੀ ਹੈ ਹਾਲਾਂਕਿ ਪੁਲਿਸ ਨੇ ਬਹੁਤ ਸੋਣਾ ਕੰਮ ਕੀਤਾ ਉਤੋਂ ਦੇ ਜਿਹੜੇ ਕਾਰਜਕਾਰੀ ਜਿਹੜੇ ਡੀਐਸਪੀ ਨੇ ਅਰुण ਹੁਣਾ ਉਹਨਾਂ ਨੇ ਵੀ ਬਹੁਤ ਚੰਗੇ ਮੁਸ਼ਤਤੀ ਦੇ ਨਾਲ ਕੰਮ ਕੀਤਾ ਆ ਔਰ ਲਗਾਤਾਰ ਉਹਨਾਂ ਨੇ ਇਹ ਕਿਹਾ ਦਿੱਤਾ ਕਿ ਅਸੀਂ ਇਹ ਲੋਤੇ ਜਿਹੜੇ ਦੋ ਸੀਗੇ ਉਹ ਉਹਨਾਂ ਨੂੰ ਫੜ ਵੀ ਲਿਆ ਆ ਉਹਦੇ ਵਿੱਚ ਚਾਰ ਲੋਕ ਸ਼ਾਮਲ ਨੇ ਹਲੇ ਦੋ ਰਹਿੰਦੇ ਨੇ ਪਰ ਕਿੰਨਾ ਸਹੀ ਹੈ ਧਰਮ ਦੇ ਨਾਂ ਦੇ ਉੱਤੇ ਅਸੀਂ ਧਾਰਮਿਕ ਜ਼ਰੂਰ ਹੋਈਏ ਪਰ ਜੇ ਕੋਈ ਉਸ ਪਰਿਸਰ ਦੇ ਬਾਹਰ ਖੜ ਕੇ ਕੁਝ ਕਰ ਰਿਹਾ ਹੈ ਉਹਦੀ ਨਿੱਜੀ ਜ਼ਿੰਦਗੀ ਵੀ ਹੋ ਸਕਦੀ ਹੈ ਕਿੰਨਾ ਸਹੀ ਹੈ ਇਹ ਸਵਾਲ ਉੱਠਦਾ ਨਾ ਅਕਸਰ ਕਿ ਅਸੀਂ ਕੀ ਕਾਨੂੰਨ ਨੂੰ ਆਪਣੇ ਹੱਥ ਚ ਲੈ ਲਈਏ ਮਾਰਨ ਤੱਕ ਚਲੇ ਜਾਈਏ ਜਦਕਿ ਉੱਥੇ ਕਿਸੇ ਤਰੀਕੇ ਦੀ ਕੋਈ ਬੇਅਦਬੀ ਨਹੀਂ ਹੋਈ ਹੈ ਹਾਲਾਂਕਿ ਬੇਅਦਬੀ ਦੇ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਕਿ ਮੌਤ ਤੇ ਘਰ ਉਤਾਰਨਾ ਤੇ ਇੱਕ ਜੰਗਲ ਰਾਜ ਵਾਲੀ ਗੱਲ ਹੈ ਜਦ ਤੱਕ ਉਹ ਬੇਅਦਬੀ ਉਨੀ ਸਿਵियर ਨਾ ਹੋਵੇ ਕਿੰਨਾ ਕ ਕਿਸੇ ਮਾਪਿਆਂ ਦਾ ਪੁੱਤ ਮਾਰ ਦੇਣਾ ਹਾਲਾਂਕਿ ਇਹਲੇ ਵਿੱਚ ਪੁਸ਼ਟੀ ਨਹੀਂ ਹੋਈ ਕਿ ਉਹਨੇ ਸ਼ਰਾਬ ਪੀਤੀ ਸੀ ਜਾਂ ਨੰਬਾਕੂ ਲਾਇਆ ਸੀ ਕਿ ਨਹੀਂ ਲਾਇਆ ਲੋਕ ਉੱਥੇ ਕਹਿ ਰਹੇ ਨੇ ਕਿ ਸਿਰਫ ਕੋਈ ਸੱਗ ਨੂੰ ਲੈ ਕੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਖਿੱਚਾ ਤਾਣ ਹੋ ਗਈ ਆ ਔਰ ਖਿੱਚਾ ਤਾਣ ਦੇ ਵਿੱਚ ਹੀ ਜਿਹੜੇ ਸੰਘ ਸੀਗੇ ਉਹਨਾਂ ਨੇ ਬਰਸ਼ੀਆਂ ਦੇ ਨਾਲ ਹਮਲਾ ਕਰ ਦਿੱਤਾ ਇੰਨਾ ਜ਼ਿਆਦਾ ਅਸੀਂ ਡਿੱਗ ਗਏ ਆ ਇੰਨਾ ਜ਼ਿਆਦਾ ਅਸੀਂ ਨੀਚੇ ਆ ਗਏ ਆ ਕਿ ਅਸੀਂ ਆਪਣੇ ਇੱਕ ਦੂਸਰੇ ਭੈਣ ਭਾਈਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਕਿਰਤਕ ਸਹੀ ਹੈ ਮੈਂ ਹਰ ਬਾਰ ਸਵਾਲ ਪੁੱਛਦਾ ਹਾਂ ਤੁਹਾਡਾ ਸਵਾਲ ਇਸ ਤੇ ਕੀ ਜਵਾਬ ਹੈ ਮੈਨੂੰ ਦਸਤਾਵੇਜ਼ ਦਿਓ ਤੁਸੀਂ ਫਿਰ ਹਾਲ ਮੈਂ ਚੱਲਦਾ ਤੁਸੀਂ ਦੇਖਦੇ ਰਹੋ ਪੰਜਾਬ ਮੇਂ ਯੂਐਸਏ ਟੀਵੀ ਸਤ ਸ਼੍ਰੀ ਅਕਾਲ